ਸਤਿ ਸ਼੍ਰੀ ਅਕਾਲ ਜੀ, ਆਹ ਮੋਟਰਸਾਈਕਲ ਆਇਆ ਜੀ ਆਪਣੇ ਕੋਲ। ਇਹ ਮੋਟਰਸਾਈਕਲ ਥੋੜ੍ਹਾ ਜਿਹਾ ਚੱਲਣ ਤੋਂ ਬਾਅਦ ਹੀ ਮਗਲੈਲ ਖਾਣ ਲੱਗ ਗਈ ਹੈ। ਉਹ ਕਿਉਂ ਲੱਗਿਆ ਇਹਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਆ ਤੁਸੀਂ ਦੇਖ ਸਕਦੇ ਹੋ ਪਿਸਟਨ ਸਾਈਡਾਂ ਤੋਂ ਕਿੰਨਾ ਜ਼ਿਆਦਾ ਘਸ ਚੁੱਕਿਆ। ਇਹਦੇ ਵਿੱਚ ਸਭ ਤੋਂ ਮੇਜਰ ਪ੍ਰੋਬਲਮ ਇਹਦੇ ਆਵਾਜ਼ਾਂ ਆ ਰਹੀਆਂ ਦੀ, ਆਵਾਜ਼ਾਂ ਕਰੈਂਕ ਦੀਆਂ ਦੀ, ਕਰੈਂਕ ਦੀ ਪ੍ਰੋਬਲਮ ਦੀ। ਅਤੇ ਉਹ ਤੋਂ ਬਾਅਦ ਇਹਦਾ ਹਾਫ ਇੰਜਨ ਹੋਇਆ, ਹਾਫ ਇੰਜਨ ਹੋਣ ਦੇ ਬਾਵਜੂਦ ਵੀ ਇਹ ਮਗਲੈਲ ਖਾਣ ਲੱਗ ਗਿਆ। ਉਹ ਕਿਉਂ ਖਾਧਾ ਇਹਨੇ? ਇੱਕ ਤਾਂ ਇਹਦੀ ਮੇਨ ਕਾਰਨ ਦੀ ਕਿ ਹਾਂਜੀ ਇੰਜਨ ਥੱਲੋਂ ਵੀ ਡਾਊਨ ਦੀ, ਅਤੇ ਦੂਜਾ ਤੁਸੀਂ ਆਹ ਦੇਖ ਸਕਦੇ ਹੋ ਕਿ ਹਾਂਜੀ ਆਹ ਕੀ ਹਾਲਤ ਆ। ਜਿਹੜੇ ਇਹਦੇ ਆਹ ਉੱਪਰ ਗੈਸਕਟ ਲੱਗਦੇ ਨੇ, ਇਹ ਵੀ ਸਿਲੀਕੋਨ ਲਾ ਲਾ ਕੇ ਰੱਖੇ ਹੋਏ ਦੀ। ਹੁਣ ਤੁਸੀਂ ਆਹ ਜਿਵੇਂ ਦੇਖ ਸਕਦੇ ਹੋ ਇਹਦੇ ਵਿੱਚ ਆਹ ਦੇਖੋ, ਹੁਣ ਆਹ ਇਹਦੇ ਉੱਪਰ ਇੱਥੇ ਦੀ ਮਗਲੈਲ ਦੀ ਸਪਲਾਈ ਸਾਰੇ ਕਿਤੇ ਜਾਣੀ ਆ। ਉਹ ਵੀ ਉੱਪਰ ਰੋਕਰਾਂ ਵਗੈਰਾ ਦੀ ਵੀ ਤੇਲ ਪ੍ਰੋਪਰ ਨੀਤੀ ਮਿਲ ਰਿਹਾ। ਇਹਦੇ ਕਦੇ ਵੀ ਕੋਈ ਵੀ ਜਿਹੜਾ ਗੈਸਕਟ ਲਾਉਣਾ ਤਾਂ ਉਹਨੂੰ ਸਿਲੀਕੋਨ ਵਗੈਰਾ ਨਾ ਵਰਤਿਆ ਕਰੋ, ਕਿਉਂਕਿ ਜੇ ਸਿਲੀਕੋਨ ਵਗੈਰਾ ਇਹਦੇ ਅਜਮਣਾ ਇੱਥੇ ਲੱਗ ਗਈ ਉੱਪਰ, ਆ ਤੁਸੀਂ ਦੇਖੇ ਹੀ ਆ ਪਹਿਲਾਂ ਜਿਵੇਂ ਆ ਬੰਦ ਦੀ, ਤਾਂ ਉੱਪਰ ਨੂੰ ਇਹਦੇ ਤੇਲ ਜਾਣਾ ਨਹੀਂ, ਠੀਕ ਹੈ ਨਾ। ਅਤੇ ਸਿਲੰਡਰ ਕਿੱਟ ਵਗੈਰਾ ਵੀ ਇਹਦੀ ਉਹਦੇ ਵਿੱਚ ਵੀ ਉੱਪਰ ਹੈੱਡ ਦੇ ਜਿਹੜਾ ਗੈਸਕਟ ਮੇਨ ਲੱਗਿਆ ਹੋਇਆ ਦੀ, ਉਹਨੂੰ ਵੀ ਸਿਲੀਕੋਨ ਹੀ ਲੱਗੀ ਹੋਈ ਦੀ, ਉਹ ਵੀ ਗੈਸਕਟ ਵਗੈਰਾ ਨਵਾਂ ਨੀਤੀ। ਇਸ ਕਰਕੇ ਕਹਿੰਦੇ ਆ ਕਿ ਹਾਂਜੀ ਇਹਦੇ ਵਿੱਚ ਨੁਕਸਾਨ ਕਸਟਮਰ ਦਾ। ਹੁਣ ਜਿਵੇਂ ਕਿ ਇਹਦੇ 'ਤੇ ਪਹਿਲਾਂ 6000 ਦਾ ਗੇਟ ਪਹਿਲਾਂ ਲੱਗਿਆ, ਅਤੇ 10000 ਹੁਣ ਲੱਗਣਾ ਫੁੱਲ ਇੰਜਣ 'ਤੇ। 10 ਅਤੇ 6 16 ਹੋ ਗਿਆ। ਜੇਕਰ ਪਹਿਲਾਂ ਹੀ ਵੀਰ 10000 ਲਾ ਲੈਂਦਾ ਤਾਂ ਉਹਦਾ 6000 ਬਚ ਜਾਣਾ ਸੀ। ਇਸ ਕਰਕੇ ਕਹਿੰਦੇ ਆ ਕਿ ਪੈਸੇ ਇਕੱਠੇ ਲਾ ਲਿਆ ਕਰੋ, ਟੁੱਟਵੇਂ ਨਾ ਲਾਇਆ ਕਰੋ। ਇੱਕ ਵਾਰ ਹਮੇਸ਼ਾ ਮਕੈਨਿਕ ਦੀ ਰਾਏ ਜ਼ਰੂਰ ਲੈ ਲਿਆ ਕਰੋ ਕਿ ਹਾਂਜੀ ਕੀ ਕਰਾਉਣਾ ਚਾਹੀਦਾ ਕੀ ਨਹੀਂ, ਅਤੇ ਜਿੱਦਾਂ ਫਿਰ ਤੁਹਾਨੂੰ ਠੀਕ ਲੱਗੇ ਉੱਦਾਂ ਕਰ ਲਿਆ ਕਰੋ, ਪਰ ਇੱਕ ਵਾਰ ਜ਼ਰੂਰ ਸਲਾਹ ਲਿਆ ਕਰੋ। ਇਹ ਆਪਾਂ ਤਾਂ ਕਹਿੰਦੇ ਹਾਂ ਕਿਉਂਕਿ ਤੁਹਾਡੇ ਪੈਸੇ ਨੇ ਵੀਰ, ਲਾਉਣੇ ਤੁਸੀਂ ਨੇ, ਪਰ ਜਿੱਥੋਂ ਬੱਚਤ ਰਹਿ ਸਕਦੀ ਆ ਉਹ ਬੱਚਤ ਰੱਖੀ ਜਾ ਸਕੇ। ਧੰਨਵਾਦ ਜੀ, ਨਿੰਮਾ ਵੋਲਟ ਖੰਨਾ। ਇੱਦਾਂ ਹੀ ਆਪਾਂ ਹੋਰ ਵੀਡੀਓ ਬਣਾਉਂਦੇ ਰਹਾਂਗੇ। ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ, ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਵੀਰ ਨਵੇਂ ਨੇ।